ਪਿਆਰੀ ਵਿਦਿਆਰਥੀਓ ਸਤਿ ਸ੍ਰੀ ਅਕਾਲ ਮੈਂ ਰਣਜੀਤ ਸਿੰਘ ਤੇ ਅੱਜ ਆਪਾਂ ਜਿਹੜਾ ਜਮਾਤ ਨੌਵੀਂ ਵਿੱਚੋਂ ਲੋਕ ਕਾਵ ਚੱਲ ਰਿਹਾ ਹੈ ਤੇ ਉਹਦੇ ਵਿੱਚ ਆਪਾਂ ਜਿਹੜਾ ਅੱਜ ਬਨ ਗਈ ਹੈ ਸਿੱਠਣੀਆਂ ਠੀਕ ਹੈ ਸਿੱਠਣੀਆਂ ਬਾਰੇ ਆਪਾਂ ਦੇਖਾਂਗੇ ਕਿ ਕਿਹੜੀਆਂ-ਕਿਹੜੀਆਂ ਸਿੱਠਣੀਆਂ ਆਉਂਦੀਆਂ ਹੈ ਠੀਕ ਹੈ ਸਿੱਠਣੀ ਦੀ ਬਨ ਗਈ ਹੈ ਹੁਣ ਕਿੱਧਰ ਗਈਆਂ ਵੇ ਅੱਛਾ ਇਹਦੇ ਵਿੱਚ ਇਹ ਮੈਪ ਆਪਾਂ ਜਦੋਂ ਉਹਨੇ ਦੀ ਪਰਿਭਾਸ਼ਾ ਪੜ੍ਹੀ ਸੀ ਸਿੱਠਣੀਆਂ ਦੀ ਉਸ ਵਕਤ ਆਪਾਂ ਇਹ ਗੱਲ ਦੇਖੀ ਸੀ ਕਿ ਸਿੱਠਣੀਆਂ ਜਿਹੜਾ ਹੈ ਉਹ ਇੱਕ ਦੂਜੇ ਨੂੰ ਠਿੱਠ ਕਰਨ ਦਾ ਤੇ ਇੱਕ ਤਰ੍ਹਾਂ ਦਾ ਕੁਝ ਜਿਹੜਾ ਹੈ ਲਾੜੇ ਦੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਇਸ ਤਰ੍ਹਾਂ ਬੋਲਿਆ ਜਾਂਦਾ ਹੈ ਕੁਛ ਠਿੱਠ ਕਰਨ ਦਾ ਮਤਲਬ ਮਨ ਘੜ ਤੇ ਜਿਹੜਾ ਹੈ ਕਲਪਨਾ ਕਰਕੇ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਮਤਲਬ ਇੱਕ ਤਰ੍ਹਾਂ ਦੀਆਂ ਗਾਲਾਂ ਦਾ ਜਿਹੜਾ ਹੈ ਮਾਹੌਲ ਹੁੰਦਾ ਹੈ ਪਰ ਉਹ ਗਾਲਾਂ ਕਿਹੜੀਆਂ ਹੁੰਦੀਆਂ ਉਹ ਖੁਸ਼ੀ ਦੇ ਮੌਕੇ ਜਿਹੜੀਆਂ ਹੁੰਦੀਆਂ ਤੇ ਜਿਹੜੀਆਂ ਉਹ ਖੁਸ਼ੀ ਦੇ ਮੌਕੇ ਇੱਕ ਤਰ੍ਹਾਂ ਦੀਆਂ ਗਾਲਾਂ ਕੱਢਣ ਕੱਡੀਆਂ ਗਈਆਂ ਉਹ ਸਿੱਠਣੀਆਂ ਬਣ ਜਾਂਦੀਆਂ ਨੇ ਠੀਕ ਹੈ ਸੋ ਇੱਥੇ ਜਿਹੜੇ ਹੈਗੇ ਆ ਉਸ ਤੋਂ ਬਾਅਦ ਆਪਣੇ ਨਾਨਕੇ ਦਾਦਕੇ ਹੈ ਜਿਹੜੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਸਿੱਠੜੀਆਂ ਇਸ ਤਰ੍ਹਾਂ ਠਿੱਠ ਕਰਦੇ ਆ ਠੀਕ ਹੈ ਇਸ ਤਰ੍ਹਾਂ ਦੇ ਕੁਝ ਚੀਜ਼ਾਂ ਜੋ ਸਹੀ ਰੂਪ ਚ ਹੁੰਦੀਆਂ ਨਹੀਂ ਪਰ ਉਹਨਾਂ ਚ ਮਨ ਘੜਤ ਕੋ ਇਸ ਤਰ੍ਹਾਂ ਦੀ ਕਲਪਨਾ ਕਰ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਾਣ ਕੇ ਮਤਲਬ ਜਿਹੜੀਆਂ ਹੈ ਇਸ ਤਰ੍ਹਾਂ ਦਾ ਤੰਗ ਕੀਤਾ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਹੈ ਠੀਕ ਹੈ ਉਹ ਵਿਆਹ ਵਿੱਚ ਜਦੋਂ ਇਸ ਤਰ੍ਹਾਂ ਦਾ ਕਰਦੇ ਹਨ ਨਾ ਉਦੋਂ ਆਪਣੇ ਮਤਲਬ ਇੱਕ ਤਰ੍ਹਾਂ ਦਾ ਮਾਹੌਲ ਵਧੀਆ ਬਣ ਜਾਂਦਾ ਹੈ ਹਾਸਾ ਠੱਠਾ ਬਹੁਤ ਇਹ ਜਿਹੜਾ ਹੈ ਪੁਰਾਣੇ ਜ਼ਮਾਨੇ ਵਿੱਚ ਤਾਂ ਬਹੁਤ ਜ਼ਿਆਦਾ ਹੁੰਦਾ ਸੀ ਇਹ ਅੱਜ ਕੱਲ ਇਹ ਘਟ ਗਿਆ ਅੱਜ ਕੱਲ ਲੋਕਾਂ ਵਿੱਚ ਜਿਹੜਾ ਹੈ ਉਹ ਇੱਕ ਤਰ੍ਹਾਂ ਦੀ ਸਹਿਣ ਸ਼ਕਤੀ ਹੈ ਜਿਹੜੀ ਉਹ ਉਨੀ ਨਹੀਂ ਰਹੇਗੀ ਠੀਕ ਹੈ ਲੇਕਿਨ ਪਹਿਲਾ ਜ਼ਮਾਨੇ ਵਿੱਚ ਲੋਕ ਇੱਕ ਦੂਜੇ ਨੂੰ ਮਜ਼ਾਕ ਕਰਦੇ ਵੀ ਸੀ ਠਿੱਠ ਕਰਦੇ ਵੀ ਸੀ ਤੇ ਆਪ ਵੀ ਮਤਲਬ ਕੀ ਹੈਗਾ ਉਹਨਾਂ ਦਾ ਮਜ਼ਾਕ ਜਰਦੇ ਸੀ ਜਿਹੜੀ ਕੋਈ ਵੀ ਹਾਸੇ ਠੱਠੇ ਜਿਹੜੇ ਮਾਹੌਲ ਇਹਦਾ ਮਾਹੌਲ ਸੀਗਾ ਜਿਹੜਾ ਉਹ ਬਣਿਆ ਰਹਿੰਦਾ ਸੀਗਾ ਹਨਾ ਸੋ ਇੱਥੇ ਆਪਣੇ ਜਿਹੜਾ ਹੈ ਹੁਣ ਕਿੱਧਰ ਗਈਆਂ ਵੇ ਇਹ ਹੈ ਇੱਕ ਤਰ੍ਹਾਂ ਦਾ ਚਾਹੇ ਸਿੱਠਣੀਆਂ ਨਾਲੇ ਇਸ ਤਰ੍ਹਾਂ ਦੀ ਚੀਜ਼ ਹੈ ਲੋਕ ਕਾਵ ਹੈ ਜਿਹੜਾ ਚਾਹੇ ਉਹ ਕੁੜੀ ਦਾ ਵਿਆਹ ਹੋਵੇ ਚਾਹੇ ਮੁੰਡੇ ਦਾ ਵਿਆਹ ਹੋਵੇ ਉਹ ਦੋਨਾਂ ਚੀਜ਼ ਜਿਹੜਾ ਹੈ ਗਾਈਆਂ ਜਾਂਦੀਆਂ ਹਨ ਤੇ ਇੱਥੇ ਮੈਂ ਇੱਕ ਹੋਰ ਵੀ ਗੱਲ ਤੁਹਾਨੂੰ ਪਿਆਰੇ ਬੱਚਿਓ ਦੱਸੀ ਸੀ ਕਿ ਜਿਹੜੀਆਂ ਸਿੱਠਣੀਆਂ ਹੈ ਇਹ ਸਿੱਠਣੀਆਂ ਜਿਹੜੀਆਂ ਹੈ ਇੱਕ ਤਰ੍ਹਾਂ ਦਾ ਇਹ ਕਿਉਂ ਇੱਕ ਮਤਲਬ ਕੀ ਹੈ ਇਸ ਤਰ੍ਹਾਂ ਇੱਕ ਦੂਜੇ ਨੂੰ ਕਿਹਾ ਜਾਂਦਾ ਇਹਨਾਂ ਦੀ ਕੀ ਜ਼ਰੂਰਤ ਪੈ ਜਾਂਦੀ ਹੈ ਠੀਕ ਹੈ ਸਿੱਠਣੀਆਂ ਹੁੰਦੀਆਂ ਕਿਉਂਕਿ ਦੇਖੋ ਖੁਸ਼ੀ ਹੁੰਦੀ ਹੈ ਨਾ ਖੁਸ਼ੀ ਵਿੱਚ ਹਾਸਾ ਠੱਠਾ ਜਿਹੜਾ ਮਖੌਲ ਹੈ ਇਹ ਇੱਕ ਤਰ੍ਹਾਂ ਦਾ ਉਸ ਖੁਸ਼ੀ ਨੂੰ ਦੁੱਗਣਾ ਕਰ ਦਿੰਦੇ ਆ ਵਧਾ ਦਿੰਦੇ ਆ ਇਸ ਤਰ੍ਹਾਂ ਠੀਕ ਹੈ ਵੀ ਖੁਸ਼ੀ ਨੂੰ ਹੋਰ ਦੁੱਗਣਾ ਚੌਗਣਾ ਕਰ ਦਿੰਦੇ ਹੈ ਜੇ ਮਤਲਬ ਬੰਦਾ ਹੱਸਦਾ ਹੀ ਨਾ ਹੋਵੇ ਹੁਣ ਵਿਆਹ ਸ਼ਾਦੀ ਹੈ ਵਿਆਹ ਸ਼ਾਦੀ ਚੂੰ ਹੀ ਫਿਰਦਾ ਰਵੇ ਆਇ ਕਰਕੇ ਮਤਲਬ ਸੜੂ ਸੜੂ ਮੂੰਹ ਲੈ ਕੇ ਹੋਰ ਕੋਈ ਗੱਲ ਹੈ ਤਾਂ ਫਿਰ ਉਹ ਐ ਲੱਗਦਾ ਵੀ ਉਹ ਵਿਆਹ ਹੈ ਚਾਹੇ ਉਹ ਕੁੜੀ ਦਾ ਚਾਹੇ ਮੁੰਡੇ ਦਾ ਹੈਨਾ ਤਾ ਉੱਥੇ ਫਿਰ ਕੀ ਹੈਗਾ ਇੱਕ ਮਾਹੌਲ ਨੂੰ ਹੋਰ ਵਧੀਆ ਤਰੀਕੇ ਨਾਲ ਖੁਸ਼ਗਵਾਰ ਬਣਾਉਣ ਵਾਸਤੇ ਵਧੀਆ ਬਣਾਉਣ ਵਾਸਤੇ ਤੇ ਮਤਲਬ ਕੀ ਹੈਗਾ ਉੱਥੇ ਫਿਰ ਇਹ ਜੜੀਆਂ ਹੈ ਸਿੱਠਣੀਆਂ ਜੜੀਆਂ ਇਹ ਉਹ ਕੰਮ ਆਉਂਦੀਆਂ ਹੈ ਕਿ ਸਾਰੇ ਮਤਲਬ ਮਾਹੌਲ ਇੱਕ ਪਾਸੇ ਹੱਸੂ ਹੱਸੂ ਸਾਰਾ ਵੇੜਾ ਤੇ ਸਾਰਾ ਘਰ ਪਰਿਵਾਰ ਸਭ ਉਹ ਮਤਲਬ ਕੀ ਹੈ ਇਸ ਤਰ੍ਹਾਂ ਹੋ ਜਾਂਦਾ ਹੈ ਹੈਨਾ ਤੇ ਫਿਰ ਆਪਾਂ ਚੱਲੀਏ ਇਹ ਜੜੀਆਂ ਸਿੱਠਣੀਆਂ ਆਪਣੇ ਆਹਾ ਹੁਣ ਹੁਣ ਕਿੱਧਰ ਗਈਆਂ ਵੇ ਠੀਕ ਹੈ ਇਹ ਇੱਕ ਤਰ੍ਹਾਂ ਨਾਲ ਆਪਣੇ ਦਾਦਕੀਆਂ ਵੱਲੋਂ ਨਾਨਕੀਆਂ ਨੂੰ ਐ ਤੇ ਨਾਨਕੀਆਂ ਵੱਲੋਂ ਦਾਦਕੀਆਂ ਨੂੰ ਵੀ ਹੁੰਦਾ ਹੈ ਇਸ ਤਰ੍ਹਾਂ ਹੈ ਹੈਨਾ ਤੇ ਉਹ ਆਪਾਂ ਦੇਖਾਂਗੇ ਕਿ ਇਹਨੂੰ ਇਸ ਤਰ੍ਹਾਂ ਆਪਾਂ ਥੋੜਾ ਗੁੰਗੜਾ ਵੀ ਸਕਦੇ ਹਾਂ ਤੁਸੀਂ ਦੇਖਿਆ ਹੋਣਾ ਜਦੋਂ ਆਪਣੇ ਕਿਸੇ ਦੇ ਵਿਆਹ ਹੁੰਦਾ ਹੈ ਤੇ ਇਹ ਇਸ ਤਰ੍ਹਾਂ ਦੀ ਸਿੱਠਣੀ ਆ ਜਿਹੜੀ ਆ ਇਹ ਮਤਲਬ ਹਾਲੇ ਤੱਕ ਵੀ ਜਿਹੜੀ ਹੈਗੀ ਹੈ ਸੁਰਜੀਤ ਹੈ ਇਹ ਸਿੱਠਣੀਆਂ ਕਿਤੇ ਨਾ ਕਿਤੇ ਵਿਆਹਾਂ 'ਚ ਜਿਹੜਾ ਹੈ ਪਿੰਡੂ ਜਿਹੜੇ ਵਿਆਹ ਹੁੰਦੇ ਆ ਉਹਨਾਂ ਵਿੱਚ ਇਹ ਦੇਖਣ ਨੂੰ ਆਮ ਮਿਲ ਜਾਂਦੀ ਹੈ ਸੁਣਨ ਨੂੰ ਆਮ ਮਿਲ ਜਾਂਦੀ ਹੈ ਹੈਨਾ ਹੁਣ ਦੇਖੋ ਕਿ ਇਹਨਾਂ ਇਹਦੇ ਬੋਲ ਕਿਵੇਂ ਕੱਢਦੀਆਂ ਹੁੰਦੀਆਂ ਮਤਲਬ ਉਹ ਜਿਹੜੀਆਂ ਆਪਣੇ ਘਰ ਦੀਆਂ ਔਰਤਾਂ ਹੈ ਉਹ ਜਿਵੇਂ ਹੁਣ ਕਿੱਧਰ ਗਈਆਂ ਵੇ ਵਿੰਦਰਾ ਤੇਰੀਆਂ ਨਾਨਕੀਆਂ ਹੁਣ ਕਿੱਥੇ ਹੁਣ ਇੱਥੇ ਜਿਹੜਾ ਹੈ ਵਿੰਦਰਾ ਇੱਥੇ ਵਿੰਦਰਾ ਇੱਕ ਨਾਮ ਆਇਆ ਹੈ ਕਿਸੇ ਮਤਲਬ ਕੀ ਹੈ ਵਿਆਹ ਵਾਲੇ ਕਾਕੇ ਦਾ ਨਾਮ ਹੈ ਪਰ ਇੱਥੇ ਜੇ ਮਤਲਬ ਕੀ ਹੈ ਕਾਕਾ ਕਾਕੀ ਵੀ ਆਖ ਸਕਦੇ ਆ ਹਨ ਕਿ ਹਉਣ ਕਿੱਦਰ ਗਈਆਂ ਵੇ ਕਾਕਾ ਤੇਰੀਆਂ ਨਾਨਕੀਆਂ ਕਾਕੀ ਤੇਰੀਆਂ ਨਾਨਕੀਆਂ ਹੁਣ ਟੂਬੇ ਨਾਮਣ ਗਈਆਂ ਨੀ ਬੀਬੀ ਮੇਰੀਆਂ ਨਾਨਕੀਆਂ ਇਸ ਤਰ੍ਹਾਂ ਹੈ ਹਨ ਇਹ ਅੱਗੇ ਵੀ ਇਸ ਤਰ੍ਹਾਂ ਹੀ ਚੱਲਦਾ ਹੈ ਖਾਦੇਸੀ ਲੱਡੂ ਜੰਮੇ ਸੀ ਡੱਡੂ ਟੋ ਬੇ ਛੱਡਣ ਗਈਆਂ ਨੀ ਬੀਬੀ ਮੇਰੀਆਂ ਨਾਨਕੀਆਂ ਇਸ ਤਰ੍ਹਾਂ ਕਰ ਸਕਦੇ ਹਣਾ ਪਰ ਇੱਥੇ ਉਹ ਇੱਕ ਤਰ੍ਹਾਂ ਦਾ ਦੇਖੋ ਕਿੰਨੀ ਮਤਲਬ ਕੀ ਹੈਗਾ ਦਾਦਕਿਆਂ ਵੱਲੋਂ ਨਾਨਕਿਆਂ ਨੂੰ ਇਹ ਕਹਿ ਜਾ ਰਿਹਾ ਹੈ ਨਾ ਪਰ ਕਿਹਦੇ ਰਾਹੀਂ ਕਿਹਦੇ ਵਿੱਚ ਦੀ ਮੁੰਡੇ ਦੇ ਵਿਆਹ ਵਾਲੇ ਮੁੰਡੇ ਦੇ ਵਿੱਚ ਦੀ ਤੇ ਜੇ ਕੁੜੀ ਆ ਤਾਂ ਵਿਆਹ ਵਾਲੀ ਕੁੜੀ ਦੇ ਵਿੱਚ ਦੀ ਗੱਲ ਗਾਹ ਕਹੀ ਜਾਂਦੀ ਹੈ ਹਨਾ ਦੇਖੋ ਕੀ ਹੁਣ ਕਿੱਧਰ ਗਈਆਂ ਵੇ ਵਿੰਦਰਾ ਤੇਰੀਆਂ ਨਾਨਕੀਆਂ ਹੁਣ ਮੁੰਡੇ ਵਿਆਹ ਵਾਲੇ ਮੁੰਡੇ ਨੂੰ ਕਿਹਾ ਜਾ ਰਿਹਾ ਕਿ ਉਹ ਲਿਆ ਬਲਾ ਕੇ ਤੇਰੀਆਂ ਨਾਨਕੀਆਂ ਕਿੱਧਰ ਗਈਆਂ ਹਨਾ ਤੇ ਉਹ ਆਂਦੇ ਆ ਵੀ ਉਹ ਤਾਂ ਹੁਣ ਕਿਹੜਾ ਹਜੇ ਮਤਲਬ ਕੀ ਹੈਗਾ ਨਾ ਟੋਬੇ ਤੇ ਟੋਬਾ ਮਤਲਬ ਛੱਪੜ ਹੁੰਦਾ ਹੈ ਨਾ ਪਿੰਡ ਦਾ ਛੱਪੜ ਜਿਹਨੂੰ ਜੋੜ ਆਖ ਦਿੰਦੇ ਛੱਪੜ ਹੁੰਦਾ ਤੇ ਉੱਥੇ ਉਹ ਆਂਦੇ ਵੀ ਉਹ ਉਸੇ ਤਰ੍ਹਾਂ ਮਤਲਬ ਨਾਉਣ ਗਈਆਂ ਉਹ ਜਿਵੇਂ ਮੱਝਾਂ ਤੇ ਹੋਰ ਪਸ਼ੂ ਨਾਕੇ ਆਉਂਦੇ ਆ ਨਾ ਵੀ ਉਹ ਵੀ ਨਾਉਣ ਗਈਆਂ ਯਾਨੀ ਕਿ ਛੇੜਿਆ ਹੈ ਹੈਨਾ ਇੱਥੇ ਮਤਲਬ ਉਹਨਾਂ ਨੂੰ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਕਿ ਉਹ ਉਹ ਆ ਉਹ ਕੀ ਹੁਣ ਟੋਬੇ ਨਹਾਉਣ ਗਈਆਂ ਨੀ ਬੀਬੀ ਮੇਰੀਆਂ ਨਾਨਕੀਆਂ ਤੇ ਮੁੰਡੇ ਤੋਂ ਹੀ ਬੁਲਾ ਦਿੱਤਾ ਜਾਂਦਾ ਮੁੰਡੇ ਤੋਂ ਇਹ ਬੁਲਾ ਦਿੱਤਾ ਜਾਂਦਾ ਜਾਂ ਕੁੜੀ ਤੋਂ ਇਹ ਵਿਆਹ ਵਾਲੀ ਕੁੜੀ ਤੋਂ ਮੁੰਡੇ ਤੋਂ ਇਹ ਬੁਲਾ ਦਿੱਤਾ ਜਾਂਦਾ ਕਿ ਕਿ ਉਹ ਟੋਬੇ ਤੇ ਨਾਉਣ ਗਈਆਂ ਤੇ ਬਸ ਆਉਣ ਵਾਲੀਆਂ ਹੀ ਆ ਹਨਾ ਠੀਕ ਹੈ ਉਸ ਤੋਂ ਬਾਅਦ ਖਾਦੇ ਸੀ ਲੱਡੂ ਜੰਮੇ ਸੀ ਡੱਡੂ ਅੱਗੇ ਫੇਰ ਉਹ ਆਂਦੀਆਂ ਕਿ ਖਾਦੇ ਸੀ ਲੱਡੂ ਕਿ ਸਾਡੇ ਘਰ ਦੇ ਜਿਹੜੇ ਲੱਡੂ ਖਾਕੇ ਆ ਨਾ ਤੇ ਲੱਡੂ ਖਾਕੇ ਵੀ ਜਿਹੜੇ ਹੈਗੇ ਆ ਉਹ ਇਹ ਮਤਲਬ ਇਹਨਾਂ ਨੂੰ ਰਾਸ ਨਹੀਂ ਆਇਆ ਤੇ ਆ ਦੇਖੋ ਇਹ ਮਤਲਬ ਕੀ ਹੈਗਾ ਡੱਡੂ ਜਿਹੜੇ ਜੰਮਤਰੇ ਇਹਨਾਂ ਨੇ ਹਨਾ ਕੀ ਖਾਦੇ ਸੀ ਲੱਡੂ ਜੰਮੇ ਸੀ ਡੱਡੂ ਹੁਣ ਡੱਡੂ ਜਦੋਂ ਜੰਮ ਲੇ ਤਾਂ ਫਿਰ ਉਹਨਾਂ ਨੂੰ ਛੱਡ ਕੇ ਕਿੱਥੇ ਆਉਣ ਉਹ ਤਾਂ ਹੁਣ ਛੱਪੜ ਤੇ ਹੀ ਜਾਣਗੇ ਹੈਨਾ ਤੇ ਫਿਰ ਉਹ ਆਂਦੇ ਕਿ ਟੋਬੇ ਛੱਡਣ ਗਈਆਂ ਨਹੀਂ ਬੀਬੀ ਮੇਰੀਆਂ ਨਾਨਕੀਆਂ ਠੀਕ ਹੈ ਇਸ ਤਰ੍ਹਾਂ ਕਰਕੇ ਐ ਚਲੋ ਇਹ ਹੋ ਗਿਆ ਮਾਹੌਲ ਇਸ ਤਰ੍ਹਾਂ ਇੱਕ ਦੂਜੇ ਨੂੰ ਛੇੜਨ ਦਾ ਅੱਗੇ ਚੱਲਦੇ ਆਪਾਂ ਫਿਰ ਦੇਖੋ ਅੱਗੇ ਉਹ ਵਾਰੀ ਵਾਰੀ ਫੇਰ ਆਂਦੀਆਂ ਕਿ ਖਾਧੀਆਂ ਸੀ ਖਿੱਲਾ ਖਿੱਲਾ ਹੁੰਦੀਆਂ ਖੰਡ ਦੀਆਂ ਛੋਟੀਆਂ-ਛੋਟੀਆਂ ਹੈਨਾ ਜਿਹੜੇ ਫੁੱਲੀਆਂ ਕਹਿ ਦਿੰਨੇ ਆਪਣੇ ਖਿੱਲਾ ਤੇ ਖਾਧੀਆਂ ਸੀ ਖਿੱਲਾ ਜੰਮੀਆਂ ਸੀ ਇੱਲਾ ਹੁਣ ਇੱਲਾ ਜਿਹੜੀਆਂ ਹੈ ਉਹ ਇੱਕ ਸ਼ਿਕਾਰੀ ਜਿਹੜਾ ਮਤਲਬ ਆਪਣੇ ਦੂਜਾ ਕਿੰਨੇ ਸ਼ਿਕਾਰੀ ਪੰਛੀ ਤਾਂ ਵੈਸੇ ਨਹੀਂ ਕਹਿ ਸਕਦੇ ਕਿਉਂਕਿ ਉਹ ਖੁਦ ਸ਼ਿਕਾਰ ਨਹੀਂ ਕਰਦਾ ਮਤਲਬ ਇੱਕ ਤਰ੍ਹਾਂ ਦਾ ਜਿਹੜਾ ਹੈ ਨਾ ਥੱਲੇ ਆਪਣੇ ਜਿਵੇਂ ਗਿਰਜਾਂ ਤੇ ਇੱਲਾ ਮਰੇ ਪਸ਼ੂਆਂ ਨੂੰ ਜਿਹੜਾ ਹੈ ਉਹ ਖਾਂਦੀਆਂ ਸਨ ਹਨ ਤੇ ਬਹੁਤ ਉੱਤੇ ਮਤਲਬ ਅੰਬਰਾਂ ਤੇ ਜਿਵੇਂ ਕਹਦੇ ਉਹ ਬਹੁਤ ਉਚਾਈ ਤੇ ਉਡਦੀਆਂ ਉਹ ਹਨਾ ਉਡਦੀਆਂ ਸਨ ਹੁਣ ਬਹੁਤ ਦੇਖਣ ਨੂੰ ਘੱਟ ਘੱਟ ਰਹਿ ਗਈਆਂ ਕਿਤੇ ਕਿਤੇ ਦਿਖਦੀਆਂ ਹੈ ਜਿਆਦਾ ਨਹੀਂ ਹੈ ਪਰ ਇਥੇ ਹੈ ਕਿ ਖਾਧੀਆਂ ਸੀ ਖਿੱਲਾ ਜੰਮੀਆਂ ਸੀ ਇੱਲਾ ਠੀਕ ਹੈ ਕਿ ਖਿੱਲਾ ਖਾ ਕੇ ਵੀ ਉਹਨਾਂ ਨੇ ਕੀ ਕੀਤਾ ਠੀਕ ਹੈ ਲੱਡੂ ਜਦੋਂ ਖਾਦੇ ਤੇ ਉਹ ਡੱਡੂ ਜੰਮੇ ਉਹਨਾਂ ਨੇ ਤੇ ਜਦੋਂ ਆਹ ਖਿੱਲਾ ਖਾਧੀਆਂ ਤੇ ਉਹਨਾਂ ਨੇ ਇੱਲਾ ਜੰਮੀਆਂ ਹਨਾ ਤੇ ਉਹ ਫਿਰ ਇੱਲਾ ਹੁਣ ਕੀ ਕਰ ਹੁਣ ਉਹਨਾਂ ਨੂੰ ਇੱਲਾ ਨੂੰ ਕਿੱਥੇ ਸੰਭਾਲਣ ਇੱਲਾ ਨੇ ਤਾਂ ਖੰਭ ਲੱਗੇ ਆ ਉਹ ਤਾਂ ਉੱਡ ਗਈਆਂ ਅੰਬਰੀ ਠੀਕ ਹੈ ਹੁਣ ਅੰਬਰੀ ਪਾਉਂਦੀਆਂ ਵੇ ਪਾਉਂਦੀਆਂ ਮਤਲਬ ਅੰਬਰੀ ਉਡਦੀਆਂ ਯਾਨੀ ਕਿ ਪਾਉਂਦੀਆਂ ਦਾ ਮਤਲਬ ਚੱਕਰ ਲਾਉਂਦੀਆਂ ਅੰਬਰ ਹਨ ਅੰਬਰ ਤੇ ਤਾਂ ਹਾਂ ਠੀਕ ਹੈ ਘੁੰਮਦੀਆਂ ਫਿਰਦੀਆਂ ਹੁਣ ਅੰਬਰ ਪਾਉਂਦੀਆਂ ਨੇ ਬੀਬੀ ਮੇਰੀਆਂ ਨਾਨਕੀਆਂ ਜਾਂ ਵਿਆਹ ਵਾਲਾ ਕਾਕਾ ਜਾਂ ਕਾਕੀ ਉਹਦੇ ਤੋਂ ਹੀ ਫਿਰਕਵਾ ਦਿੱਤਾ ਗਿਆ ਕਿ ਉਹ ਤਾਂ ਜਿਹੜੇ ਹੈ ਨਾ ਉਹਨਾਂ ਨੇ ਖਿੱਲਾ ਖਾਧੀਆਂ ਸੀ ਤੇ ਮੁੜ ਕੇ ਉਹਨਾਂ ਨੇ ਮਤਲਬ ਕਿ ਇੱਲਾ ਜੰਮੀਆਂ ਵਾ ਐ ਹੁੰਦਾ ਨਹੀਂ ਨਾ ਪਰ ਇਹ ਹਾਸੇ ਦਾ ਮਾਹੌਲ ਬਣ ਜਾਂਦਾ ਇੱਥੇ ਠੀਕ ਹੈ ਇੱਕ ਦੂਜੇ ਨੂੰ ਇਸ ਤਰ੍ਹਾਂ ਛੇੜਦੇ ਆ ਜਾਂੜ ਕੇ ਮਜ਼ਾਕ ਕਰਦੇ ਆ ਔਰ ਇਹ ਮਜ਼ਾਕ ਦੇਖੋ ਇਹ ਕਈ ਤਰ੍ਹਾਂ ਦੇ ਹੁੰਦੇ ਆ ਤੁਸੀਂ ਆਪਾਂ ਕਦੇ ਦੇਖਦੇ ਆ ਆਪਾਂ ਕਈ ਵਾਰੀ ਕੁਝ ਐਸੀ ਚੀਜ਼ ਹੁੰਦੀ ਹੈ ਵੀ ਆਪਾਂ ਮਾਂ ਨੂੰ ਵੀ ਮਤਲਬ ਉਸ ਤਰ੍ਹਾਂ ਦਾ ਮਜ਼ਾਕ ਜਿਹੜਾ ਹੈ ਕੁਝ ਮਾਂ ਲਈ ਮਜ਼ਾਕ ਬਣਿਆ ਤਾਂ ਮਾਂ ਨੂੰ ਵੀ ਕਰ ਸਕਦੇ ਆ ਭੈਣ ਲਈ ਮਜ਼ਾਕ ਬਣਿਆ ਤਾਂ ਭੈਣ ਨੂੰ ਵੀ ਕਰ ਸਕਦੇ ਆ ਠੀਕ ਹੈ ਹਾਸਾ ਠੱਠਾ ਮਖੌਲ ਉਹਨਾਂ ਨਾਲ ਵੀ ਕਰ ਸਕਦੇ ਆ ਡਿਓਰ ਪਰਜਾਈ ਦੇ ਮਜ਼ਾਕ ਅੱਡ ਹੁੰਦੇ ਆ ਹਾਸੇ ਠੱਠੇ ਜੀਜਾ ਸਾਲੀ ਦੇ ਜਿਹੜੇ ਹਾਸੇ ਠੱਠੇ ਉਹ ਅੱਡ ਹੁੰਦੇ ਆ ਹਨਾ ਇਸੇ ਤਰ੍ਹਾਂ ਕੁੜਮ ਕੋੜਮਣੀ ਦੇ ਅੱਡ ਹੁੰਦੇ ਹੈ ਠੀਕ ਹੈ ਤੇ ਇਹ ਸਾਰੇ ਜਿਹੜੇ ਹੈਗੇ ਆ ਹਰ ਰਿਸ਼ਤੇ ਵਿੱਚ ਕਿਤੇ ਨਾ ਕਿਤੇ ਹਾਸਾ ਠੱਠਾ ਜ਼ਰੂਰ ਹੁੰਦਾ ਹੈ ਪਰ ਉਹ ਰਿਸ਼ਤੇ ਨੂੰ ਵੇਖ ਲਿਆ ਜਾਂਦਾ ਹੈ ਉਸ ਦੀ ਮਰਿਆਦਾ ਨੂੰ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ ਜਾਂਦੀ ਉੱਥੇ ਉਹ ਜਿਹੜਾ ਹੈ ਜਿਸ ਜਿਸ ਪ੍ਰਕਾਰ ਦਾ ਰਿਸ਼ਤਾ ਹੈ ਉਸ ਉਸ ਪ੍ਰਕਾਰ ਦਾ ਜਿਹੜਾ ਹੈ ਓਵੇਂ ਓਵੇਂ ਜਿਹੜਾ ਹੈ ਉਹ ਮਤਲਬ ਕੀ ਹੈ ਹਾਸਾ ਠੱਠਾ ਤੇ ਮਖੌਲ ਮਖੌਲ ਹੈ ਜਿਹੜਾ ਉਹ ਸਿਰ ਜਿ ਲਿਆ ਜਾਂਦਾ ਹੈ ਹੈਨਾ ਤੇ ਇੱਥੇ ਜਿਹੜਾ ਹੈ ਇੱਥੇ ਤੁਹਾਨੂੰ ਤੁਹਾਨੂੰ ਪਤਾ ਹੈ ਕੀ ਆਪਣੇ ਜਿਹੜਾ ਹੈ ਨਾ ਨਾਨਕੀਆਂ ਤੇ ਦਾਦਕੀਆਂ ਆਪਸ ਵਿੱਚ ਜਿਵੇਂ ਆਂਦੇ ਹੁੰਦੇ ਐ ਵੀ ਉਹ ਕਹਿੰਦੇ ਦਾਦਕੇ ਕਹਿੰਦੇ ਅਸੀਂ ਕਿਸੇ ਤੋਂ ਘੱਟ ਨਹੀਂ ਹੈਨਾ ਕਿ ਸਾਡੇ ਮਤਲਬ ਕੀ ਹੈ ਪੋਤੇ-ਪੋਤੀ ਦਾ ਵਿਆਹ ਹੈ ਤੇ ਨਾਨਕੇ ਕਹਿੰਦੇ ਆ ਵੀ ਅਸੀਂ ਕਿਹੜਾ ਤੁਹਾਡੇ ਨਾਲੋਂ ਘੱਟ ਸਾਡੇ ਵੀ ਮਤਲਬ ਕੀ ਹੈ ਦੋਤੇ-ਦੋਤੀ ਦਾ ਵਿਆਹ ਹੈ ਏ ਟੂ ਇੱਕ ਦੂਜੇ ਦੀਆਂ ਨਾ ਮਤਲਬ ਜਿਹੜੀਆਂ ਕੁੰਡੀਆਂ ਸਿੰਘ ਜਿਹੜੇ ਆਪਾਂ ਨੇ ਮੱਝਾਂ ਦੇ ਸਿੰਘ ਹੁੰਦੇ ਨਾ ਕੁੰਡੀਆਂ ਦੇ ਸਿੰਘ ਫਸ ਜਾਂਦੇ ਠੀਕ ਹੈ ਕੁੰਡੀਆਂ ਗੋਲ ਸਿੰਘ ਹੁੰਦੇ ਜਦੋਂ ਮੱਝਾਂ ਲੜਦੀਆਂ ਤੇ ਉਦੋਂ ਸਿੰਘ ਫਸ ਜਾਂਦੇ ਐ ਹੈਨਾ ਤੇ ਉਹ ਫਿਰ ਵੇਂਦੇ ਆ ਵੀ ਤਕੜੀ ਕਿਹੜੀ ਐ ਉਸੇ ਤਰ੍ਹਾਂ ਇਹ ਹੁੰਦਾ ਵੀ ਨਾਨਕੇ ਦਾਦਕੇ ਫਿਰ ਉਹਨਾਂ ਦੇ ਸਿੰਘ ਫਸ ਜਾਂਦੇ ਆ ਫਿਰ ਦੇਖਦੇ ਆ ਵੀ ਤਕੜੀ ਕਿਹੜੇ ਆ ਹੁਣ ਤੇ ਉਹ ਇਹ ਸਿੰਘ ਹੀ ਫਸੇ ਵਿਆ ਹਾ ਇੱਥੇ ਹੋਣਾ ਪਰ ਦੇਖਦੇ ਆ ਕਿਵੇਂ ਕਿਵੇਂ ਕੌਣ ਤਕੜੀ ਨਿਕਲਦੇ ਆ ਹਨਾ ਠੀਕ ਐ ਅੱਗੇ ਹੈ ਖਾਦੀ ਸੀ ਪੰਜੀਰੀ ਤੇ ਜੰਮੀ ਕੁੜੀ ਟੀਰੀ ਹੁਣ ਪੰਜੀਰੀ ਖਾ ਕੇ ਵੀ ਕਿਹੜਾ ਹੈ ਮਤਲਬ ਪੰਜੀਰੀ ਖਾ ਕੇ ਦੇਖੋ ਅੱਗੇ ਤਾਂ ਮਤਲਬ ਜਿਹੜੇ ਹੈ ਡੱਡੂ ਖਾਦੇ ਠੀਕ ਹੈ ਆਪਣੇ ਮਾਫ ਕਰਨਾ ਬੇਟਾ ਜਿਹੜਾ ਹੈ ਲੱਡੂ ਖਾਦੇ ਤਾਂ ਫਿਰ ਡੱਡੂ ਜੰਮੇ ਠੀਕ ਹੈ ਅੱਛਾ ਖਿੱਲਾ ਖਾਧੀਆਂ ਤਾਂ ਇੱਲਾ ਮਤਲਬ ਹੁਣ ਤੱਕ ਤਾਂ ਹਲੇ ਜਿਹੜਾ ਹੈ ਉਹ ਜਿਵੇਂ ਆਦੇ ਹੁੰਦੇ ਜਨੌਰ ਤੇ ਪੰਛੀ ਉਹੀ ਸੀਗੇ ਹਨ ਤੇ ਹੁਣ ਇੱਥੇ ਜਿਹੜਾ ਹੈ ਖਾਦੀ ਸੀ ਪੰਜੀਰੀ ਪੰਜੀਰੀ ਖਾ ਕੇ ਠੀਕ ਹੈ ਤੇ ਮਤਲਬ ਕੀ ਹੈਗਾ ਕੁੜੀ ਜੰਮੀ ਹੈ ਠੀਕ ਇੱਥੇ ਵੀ ਸ਼ੁਕਰ ਹੈ ਕੁੜੀ ਹੋ ਗਈ ਹਨ ਕੁੜੀ ਹੋਈ ਹੈ ਤੇ ਉਸ ਤੋਂ ਬਾਅਦ ਜੰਮੀ ਕੁੜੀ ਟੀਰੀ ਹੁਣ ਟੀਰੀ ਜਿਹੜੀ ਐ ਇੱਕ ਅੱਖੋਂ ਮਤਲਬ ਕੀ ਐ ਐ ਕਰਕੇ ਝਾਕਦੇ ਆ ਹਨਾ ਥੋੜਾ ਜਿਹਾ ਕਰਦੇ ਆ ਨਾ ਇਸ ਤਰ੍ਹਾਂ ਕਈ ਵਾਰੀ ਅੱਖ ਜੀ ਨੂੰ ਐ ਐ ਕਰਕੇ ਹੁੰਦਾ ਹੈਗਾ ਹਨਾ ਉਹ ਕੁਦਰਤੀ ਹੁੰਦਾ ਬੇਟਾ ਠੀਕ ਹੈ ਪਰ ਇੱਥੇ ਮਤਲਬ ਕੀ ਹੈਗਾ ਜਾਣ ਕੇ ਛੇੜਨ ਵਾਸਤੇ ਇਹ ਕੀਤਾ ਗਿਆ ਨਾ ਕਿ ਇਹਦੇ ਵਾਸਤੇ ਦੇਖੋ ਜੇ ਅਗਰ ਇਸ ਤਰ੍ਹਾਂ ਦਾ ਕਿਸੇ ਵਿੱਚ ਕੋਝ ਹੁੰਦਾ ਹੈ ਜਿਹੜਾ ਪਰਮਾਤਮਾ ਵੱਲੋਂ ਮਤਲਬ ਕੀ ਹੈਗਾ ਜਨਮ ਤੋਂ ਹੀ ਹੁੰਦਾ ਹੈ ਹਨਾ ਜਾਂ ਬਾਅਦ ਵਿੱਚ ਉਹਦੇ ਕੋਈ ਛੱਟ ਫੇਟ ਲੱਗ ਕੇ ਹੋ ਜਾਂਦਾ ਹੈ ਤਾਂ ਉੱਥੇ ਕਿਸੇ ਤਰ੍ਹਾਂ ਨਾਲ ਵੀ ਮਜ਼ਾਕ ਨਹੀਂ ਕਰਨਾ ਚਾਹੀਦਾ ਉਹਨੂੰ ਇਸ ਤਰ੍ਹਾਂ ਕਰਕੇ ਠੀਕ ਹੈ ਇਹ ਮਜ਼ਾਕ ਉੱਥੇ ਕੀਤਾ ਜਾਂਦਾ ਜਿੱਥੇ ਬੰਦਾ ਚੰਗਾ ਭਲਾ ਹੋਵੇ ਠੀਕ ਹੈ ਤੇ ਉੱਥੇ ਜਾਣ ਕੇ ਆਪਣੇ ਹੱਸਣ ਵਾਸਤੇ ਕਹਿ ਦਿਓ ਵੀ ਇਹ ਤਾਂ ਮਤਲਬ ਕੀ ਹੈ ਖਾਦੀ ਸੀ ਪੰਜੀਰੀ ਤੇ ਜੰਮੀ ਕੁੜੀ ਟੀਰੀ ਵੀ ਮਨ ਘੜਤ ਕੁਝ ਗੱਲ ਬਣਾ ਕੇ ਤੇ ਉਹਨੂੰ ਕਹਿ ਦਿੱਤਾ ਜਾਵੇ ਹਨਾ ਜਿਵੇਂ ਆਪਣੇ ਆਪਾਂ ਗੱਲ ਕੀਤੀ ਸੀ ਕਿ ਜੇ ਕਿਸੇ ਦਾ ਰੰਗ ਥੋੜਾ ਜਿਹਾ ਮਤਲਬ ਕੀ ਹੈ ਕਣਕਵੰਨਾ ਹੈ ਠੀਕ ਹੈ ਨਾ ਜ਼ਿਆਦਾ ਗੋਰਾ ਹੈ ਤੇ ਨਾ ਜ਼ਿਆਦਾ ਕਾਲਾ ਹੈ ਤੇ ਉਹਨੂੰ ਕਹਿ ਦਿੱਤਾ ਜਾਵੇ ਕਿ ਇਹ ਤਾਂ ਜਿਹੜਾ ਹੈ ਇਹਦਾ ਮਤਲਬ ਰੰਗ ਤਾਂ ਪੁੱਠੇ ਤਵੇ ਵਰਗਾ ਹੈ ਹਨਾ ਰੋਟੀਆਂ ਪਕਾਉਣ ਵਾਲਾ ਤਵਾ ਨਾ ਤੇ ਉਥੇ ਮਤਲਬ ਵਧਾ ਕੇ ਗੱਲ ਤਾਂ ਇੰਨੀ ਕੁ ਤਾਂ ਆਖੀ ਜਾ ਸਕਦੀ ਹੈ ਅਗਲਾ ਪਰ ਹੁਣ ਜੇ ਸੱਚਮੁੱਚ ਚ ਕਿਸੇ ਚ ਕੋਜ ਹੈ ਬੇਟਾ ਕਿਸੇ ਚ ਕੋਈ ਇਸ ਤਰ੍ਹਾਂ ਦੀ ਅ ਅੰਗ ਹੀਣੋ ਹੈ ਕੋਈ ਬੰਦਾ ਤੇ ਉਹਨੂੰ ਇਹ ਚੀਜ਼ ਜਿਹੜੀ ਆਪਾਂ ਕਰਾਂਗੇ ਤਾਂ ਫਿਰ ਦੁੱਖ ਲੱਗੂਗਾ ਉਥੇ ਨਹੀਂ ਕਰਨੀ ਚਾਹੀਦੀ ਹੈਨਾ ਇਹ ਚੀਜ਼ ਹੈਗੀ ਆ ਵੀ ਵਿਆਹ ਵਿੱਚ ਵੀ ਉਹ ਦੇਖਦੇ ਐ ਕਿ ਜੇ ਸੱਚਮੁੱਚ ਦਾ ਕੋਈ ਇਸ ਤਰ੍ਹਾਂ ਦਾ ਮਤਲਬ ਅੰਗੋਂ ਹੀਣਾ ਹੈ ਤੇ ਉਥੇ ਉਹਨੂੰ ਕਿਸੇ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਨਹੀਂ ਕੀਤਾ ਜਾਂਦਾ ਉਸੇ ਹਾਸੇ ਠੱਠੇ ਦਾ ਮਾਹੌਲ ਹੈ ਜਿਹੜਾ ਉਹ ਫਿਰ ਕਹਿੰਦੇ ਆ ਨਾ ਹਾਸੇ ਦਾ ਤਮਾਸ਼ਾ ਬਣ ਜਾਂਦਾ ਉੱਥੇ ਨਹੀਂ ਕਰਨਾ ਚਾਹੀਦਾ ਠੀਕ ਹੈ ਅੱਗੇ ਚੱਲੋ ਕਿ ਖਾਦੀ ਸੀ ਪੰਜੀਰੀ ਜੰਮੀ ਕੁੜੀ ਟੀਰੀ ਉਹ ਟੀਰ ਕਢਾਵਣ ਗਈਆਂ ਤੇ ਉਹ ਉਹ ਦੂਜਾ ਕਿੰਨੇ ਪੁੱਛਦਿਆਂ ਉਹ ਵੀ ਭਾਈ ਇੱਕ ਕਾਕਾ ਤੇਰੇ ਉਹ ਹੁਣ ਇੱਥੇ ਵਿੰਦਰਾ ਨਾਮ ਆਇਆ ਸੀ ਨਾ ਵਿੰਦਰਾ ਕਾਕੇ ਦਾ ਨਾਮ ਹੈ ਕਿ ਕਿੱਥੇ ਗਈਆਂ ਭਾਈ ਉਹ ਉਹ ਆਂਦਾ ਉਹ ਮਤਲਬ ਕੀ ਹੈਗਾ ਪੰਜੀਰੀ ਖਾ ਬੈਠੀਆਂ ਤੇ ਹੁਣ ਉਹ ਕੁਕੂੜੀ ਤਾਂ ਹੋ ਗਈ ਆ ਪਰ ਕੁੜੀ ਜਿਹੜੀ ਟੀਰੀ ਐ ਠੀਕ ਐ ਤੇ ਹੁਣ ਉਹ ਟੀਰ ਘਡਾਵਣ ਗਈਆਂ ਨਹੀਂ ਬੀਬੀ ਮੇਰੀਆਂ ਨਾਨਕੀਆਂ ਠੀਕ ਐ ਅੱਗੇ ਦੇਖੋ ਫਿਰ ਉਹ ਅੱਗੇ ਹੈਗਾ ਖਾਦੇ ਸੀ ਪਕੌੜੇ ਹੁਣ ਇੱਥੇ ਪਕੌੜੇ ਬੜੇ ਸਵਾਲ ਲੱਗਦੇ ਆ ਵਿਆਹ ਵਿੱਚ ਹਨ ਇਹੋ ਜੇ ਲੱਡੂ ਪਕੌੜੇ ਸਾਰਾ ਕੁਝ ਕਿੰਨਾ ਵਧੀਆ ਲੱਗਦਾ ਹੈਗਾ ਹਨ ਤੇ ਇੱਥੇ ਉਹ ਆਂਦੇ ਵੀ ਖਾਦੇ ਸੀ ਪਕੌੜੇ ਤੇ ਜੰਮੇ ਮੁੰਡੇ ਜੋੜੇ ਹੁਣ ਮੁੰਡੇ ਤਾਂ ਹੋ ਗਏ ਠੀਕ ਹੈ ਜੋੜੇ ਮੁੰਡੇ ਹੋਗੇ ਜੋੜੇ ਦਾ ਮਤਲਬ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਮਤਲਬ ਕੀ ਹੈਗਾ ਦੋ ਮੁੰਡੇ ਜੰਮੇ ਹੈਨਾ ਜੋੜੇ ਜੋੜੇ ਦਾ ਮਤਲਬ ਦੋ ਮੁੰਡੇ ਜੰਮੇ ਹੁਣ ਜੋੜੇ ਖਡਾਵਣ ਗਈਆਂ ਹੁਣ ਉਹ ਜੋੜੇ ਹੈ ਜਿਹੜੇ ਉਹਨਾਂ ਨੂੰ ਖਡਾਵਣ ਗਈਆਂ ਇੱਥੇ ਖਿਲਾਵਣ ਲਿਖਿਆ ਵੈਸੇ ਖਡਾਵਣ ਵੀ ਹੁੰਦਾ ਕਿ ਉਹਨਾਂ ਨੂੰ ਖਡਾ ਰਹੀਆਂ ਉਹ ਠੀਕ ਹੈ ਤੇ ਉਹ ਪੁੱਛਦੇ ਆ ਵੀ ਕਿੱਥੇ ਗਈਆਂ ਤੇਰੀਆਂ ਮਤਲਬ ਨਾਨਕੀਆਂ ਤੇ ਕਾਕਾ ਆਂਦਾ ਜਿਹੜਾ ਵਿਆਹ ਵਾਲਾ ਉਹ ਆਂਦਾ ਉਹ ਜੋੜੇ ਖਡਾਵਣ ਗਈਆਂ ਹੈ ਹੈਨਾ ਤੇ ਉਹ ਕੀ ਹੈ ਉਹ ਖਾਦੇ ਸੀ ਪਕੌੜੇ ਤੇ ਜੰਮੇ ਮੁੰਡੇ ਜੋੜੇ ਠੀਕ ਹੈ ਸੋ ਇਹਨਾਂ ਜਿਹੜੇ ਮਤਲਬ ਕਹਿਣ ਦਾ ਮਤਲਬ ਹੈ ਕਿ ਉਹ ਜਿਹੜੇ ਦਾਦਕੇ ਹੈ ਉਹਨਾਂ ਦੇ ਘਰੇ ਪਕੌੜੇ ਵੀ ਬਣਿਆ ਲੱਡੂ ਵੀ ਬਣਿਆ ਪੰਜੀਰੀ ਵੀ ਸਾਰਾ ਕੁਝ ਹੈਗਾ ਠੀਕ ਹੈ ਤੇ ਨਾਲ ਦੀ ਨਾਲ ਉਹ ਇਹ ਕਹਿੰਦੇ ਆ ਕਿ ਸਾਡੇ ਮਤਲਬ ਕੀ ਹੈਗਾ ਇਹਨਾਂ ਨੇ ਪਹਿਲਾਂ ਲੱਡੂ ਖਾਦੇ ਫਿਰ ਇਹਨਾਂ ਨੇ ਖਿਲਾ ਖਾਧੀਆਂ ਫਿਰ ਇਹਨਾਂ ਨੇ ਆ ਇਸ ਤਰ੍ਹਾਂ ਕੀਤਾ ਹਨ ਤੇ ਪਕੌੜੇ ਵੀ ਖਾ ਗਏ ਠੀਕ ਹੈ ਤੇ ਪਰ ਇਹਨਾਂ ਨੇ ਕੋਈ ਇਹ ਮਤਲਬ ਕੀ ਹੈਗਾ ਉਹ ਜਦੋਂ ਲੱਡੂ ਖਾ ਕੇ ਤੇ ਕੋਈ ਚੱਜ ਦਾ ਕੰਮ ਤਾਂ ਹੋਇਆ ਨਹੀਂ ਲੱਡੂ ਖਾ ਕੇ ਕੀ ਹੋਇਆ ਡੱਡੂ ਜੰਮ ਤਰੇ ਤੇ ਇਸੇ ਤਰ੍ਹਾਂ ਖਿੱਲਾ ਖਾ ਕੇ ਕੀ ਹੋਇਆ ਇੱਲਾ ਜੰਮ ਤਰੀਆਂ ਯਾਨੀ ਕਿ ਜਾਣ ਕੇ ਛੇੜਨ ਦੇ ਮਾਰੇ ਹਾਸੇ ਹਸਾਉਣ ਦੇ ਮਾਰੇ ਹਨਾ ਇੱਕ ਦੂਜੇ ਨੂੰ ਤੇ ਨਾਨਕੇ ਵੀ ਗੁੱਸਾ ਨਹੀਂ ਕਰਦੇ ਇਹਦੇ ਵਿੱਚ ਦੇਖੋ ਨਾਨਕੇ ਵੀ ਗੁੱਸਾ ਨਹੀਂ ਕਰਦੇ ਉਹ ਉਦੋਂ ਜ਼ਿਆਦਾ ਜਵਾਬ ਦਿੰਦੇ ਫਿਰ ਅੱਗੋਂ ਠੀਕ ਹੈ ਉਹ ਆਂਦੇ ਆਜੋ ਫਿਰ ਆਪਾਂ ਨੂੰ ਇਕੀਆਂ ਨੂੰ 31 ਅਸੀਂ ਵੀ ਸਾਨੂੰ ਵੀ ਪਾਉਣੀਆਂ ਆਉਂਦੀਆਂ ਚੱਲ ਫਿਰ ਆਜੋ ਤੁਸੀਂ ਉਹ ਵੀ ਫਿਰ ਮੋੜ ਦਿੰਦਿਆਂ ਅੱਗੋਂ ਠੀਕ ਹੈ ਤੋ ਇਸ ਤਰ੍ਹਾਂ ਹੈ ਪੀਤੀ ਸੀ ਪਿਛ ਜੰਮੇ ਸੀ ਰਿਛ ਹੁਣ ਪਿਛ ਹੁੰਦੀ ਐ ਆਪਾਂ ਕਹਿ ਦਈਏ ਵੀ ਜਿਵੇਂ ਚੌਲ ਹੁੰਦੇ ਨੇ ਚੌਲੋ ਬਾਲੇ ਤੇ ਉਹਦਾ ਪਾਣੀ ਹੁੰਦਾ ਚੌਲਾਂ ਦਾ ਠੀਕ ਐ ਚੌਲਾਂ ਦਾ ਜਿਹੜਾ ਪਾਣੀ ਹੁੰਦਾ ਨਾ ਠੀਕ ਐ ਉਹ ਉਹਨਾਂ ਉਹਨਾਂ ਦੀ ਜਿਹੜੀ ਉਹ ਮਤਲਬ ਉਹਨੂੰ ਕਹਿੰਦੇ ਐ ਪਿਛ ਤੇ ਪੀਤੀ ਸੀ ਪਿਛ ਜੰਮੇ ਸੀ ਰਿਛ ਹੁਣ ਰਿਛ ਉਹ ਜਿਹੜਾ ਆਪਣੇ ਜਿਵੇਂ ਆਪਾਂ ਕਹਿ ਦਈਏ ਨਾ ਵੈਸੇ ਤਾਂ ਜੰਗਲੀ ਜਾਨਵਰ ਐ ਇਹ ਰਿਛ ਜਿਹਨੂੰ ਆਪਾਂ ਬਹਾਲੂ ਕਹਿ ਦਿੰਨੇ ਆ ਹਨਾ ਕਹ ਦਿੰਦੇ ਨਾ ਭਾਲੂ ਜਾਂ ਭਾਲੂ ਐ ਕਰਕੇ ਕਈ ਹਿੰਦੀ ਵਾਲੇ ਐ ਕਹਿ ਦਿੰਦੇ ਹਨ ਪੀਤੀ ਸੀ ਪਿਛ ਜੰਮੇ ਸੀ ਰਿੱਚ ਹੁਣ ਰਿੱਚ ਕੀ ਕਰਦੇ ਐ ਉਹ ਆਪਣੇ ਅੱਜ ਕੱਲ ਤਾਂ ਬਹੁਤ ਘੱਟ ਹੋ ਗਏ ਪਹਿਲਾਂ ਜਿਹੜੇ ਹੈ ਨਾ ਅੱਜ ਤੋਂ ਕੁਝ ਸਾਲ ਪਹਿਲਾਂ ਕੁਝ ਬਰੇ ਪਹਿਲਾਂ ਇਹ ਹੁੰਦਾ ਸੀਗਾ ਕਿ ਉਹ ਮਤਲਬ ਰਿੱਚ ਤੋਂ ਖੇਡਾਂ ਪਾਉਂਦੇ ਸਨ ਮਦਾਰੀ ਜਿਹੜੇ ਹੁੰਦੇ ਸਨ ਹਨ ਤੇ ਉਹ ਉੱਥੇ ਕਹਿੰਦੇ ਐ ਕਿ ਖੇਡਾਂ ਹੁਣ ਖੇਡਾਂ ਪਾਵਣ ਗਈਆਂ ਨਹੀਂ ਬੀਬੀ ਮੇਰੀਆਂ ਨਾਨਕੀਆਂ ਵੀ ਉਹ ਹੁਣ ਜਿਹੜੇ ਹੈਗੇ ਆ ਉਹਨਾਂ ਨੇ ਪਿਛ ਪੀ ਲਈ ਤੇ ਪਿਛ ਪੀ ਕੇ ਉਹਨਾਂ ਨੇ ਜਿਹੜਾ ਹੈ ਰਿਛ ਜੰਮ ਪਿਆ ਉਹਨਾਂ ਦੇ ਤੇ ਰਿਛ ਜਦੋਂ ਜੰਮਿਆ ਤੇ ਫਿਰ ਉਹ ਹੁਣ ਕੀ ਕਰ ਰਿਛ ਨੂੰ ਘਰੇ ਕਿੱਥੇ ਰੱਖਣ ਤੇ ਉਹ ਖੇਡਾਂ ਪਾਉਣ ਗਈਆਂ ਵੀ ਚਲ ਚਾਰ ਪੈਸੇ ਬਣ ਜਾਣਗੇ ਹਨਾ ਖੇਡ ਕੇ ਠੀਕ ਹੈ ਇਸ ਤਰ੍ਹਾਂ ਕਰਕੇ ਵੀ ਉਹਦਾ ਖੇਡਾਂ ਪਾਉਣ ਗਈਆਂ ਉੱਥੇ ਠੀਕ ਹੈ ਸੋ ਇਹ ਇਸ ਤਰ੍ਹਾਂ ਦਾ ਕਰਕੇ ਜਿਹੜਾ ਹੈ ਇਹ ਆਪਣੇ ਮਾਹੌਲ ਸਿਰਜਿਆ ਜਾਂਦਾ ਹੈ ਹਾਸੇ ਵਾਲਾ ਠੀਕ ਹੈ ਸਿੱਠਣੀਆਂ ਵਿੱਚ ਇੱਕ ਪ੍ਰਕਾਰ ਦੀ ਜਿਹੜੀ ਹੈ ਉਹ ਮਿੱਠੀਆਂ-ਮਿੱਠੀਆਂ ਟਕੋਰਾ ਜਾਂ ਗਾਲਾਂ ਹੀ ਹੁੰਦੀਆਂ ਪਰ ਉਹ ਹਾਸੇ ਦਾ ਮਾਹੌਲ ਸਿਰਜਣ ਵਾਸਤੇ ਹੀ ਹੁੰਦੀਆਂ ਹਨ ਠੀਕ ਹੈ ਜਾਂ ਜਦੋਂ ਲਾੜੇ ਦੇ ਪਰਿਵਾਰ ਨਾਲ ਅੱਗੇ ਰਿਸ਼ਤੇ ਜੁੜਦੇ ਸਨ ਪੁਰਾਣੇ ਜ਼ਮਾਨੇ 'ਚ ਇਹ ਪਤਾ ਨਹੀਂ ਹੁੰਦਾ ਸੀਗਾ ਕਿ ਉਹ ਕਿਸ ਤਰ੍ਹਾਂ ਦੇ ਸੁਭਾਅ ਦੇ ਨੇ ਕਿਵੇਂ ਨੇ ਕਿ ਉਹ ਹਾਸਾ ਠੱਠਾ ਜਿਹੜਾ ਮਜ਼ਾਕ ਹੈ ਕਰ ਲੈਂਦੇ ਆ ਜਾਂ ਉਹ ਜਰ ਲੈਂਦੇ ਆ ਇਹ ਚੀਜ਼ਾਂ ਸਾਰੀਆਂ ਪੁੱਛ ਪੜਤਾਲ ਜਿਹੜੀ ਅੱਗੇ ਉਹ ਇਸੇ ਤਰ੍ਹਾਂ ਵੀ ਹੁੰਦੀ ਸੀਗੀ ਲੋਕਗੀਤਾ ਤਰ ਲੋਕਗੀਤਾ ਨਾਲ ਸਿੱਠਣੀਆਂ ਨਾਲ ਕਿ ਇਹ ਭਾਈ ਕਿਸ ਤਰ੍ਹਾਂ ਦਾ ਸੁਭਾਅ ਰੱਖਦੇ ਐ ਕਿ ਸਾਡੇ ਨਾਲ ਇਹ ਇਸ ਤਰ੍ਹਾਂ ਦਾ ਅੱਗੇ ਜਿਹੜਾ ਹੈ ਕਿਸੇ ਤਰ੍ਹਾਂ ਦਾ ਕੱਲ ਨੂੰ ਕੋਈ ਮਜ਼ਾਕ ਕਰ ਲਿਕੇ ਕੋਈ ਹੋਰ ਹਾਸਾ ਠੱਠਾ ਇਹ ਹਸਣ ਵਾਲਾ ਸੁਭਾਅ ਹੈਗਾ ਔਰ ਕਹਿੰਦੇ ਵੀ ਜਿਹਦਾ ਹਸਣ ਵਾਲਾ ਸੁਭਾਅ ਹੁੰਦਾ ਹੈ ਨਾ ਉਹ ਮਤਲਬ ਕੀ ਹੈ ਖੁਸ਼ਮੁਜਾਜ ਜਿਹੜੇ ਹੈਗੇ ਹੈ ਰਹਿੰਦੇ ਬੰਦੇ ਤੇ ਉਹ ਫਿਰ ਮਤਲਬ ਕਿਸੇ ਗੱਲ ਦੀ ਪਰਵਾਹ ਵੀ ਨਹੀਂ ਕਰਦੇ ਹਨ ਤੇ ਜਿਹੜੇ ਮਚੂ ਮਚੂ ਸੜੂ ਸੜੂ ਰਹਿੰਦੇ ਹੈ ਉਹੀ ਮਾੜੀ ਮਾੜੀ ਗੱਲ ਤੇ ਐਵੇਂ ਮਤਲਬ ਖਪੀਖੀ ਜੀ ਜਾਣਗੇ ਤੇ ਉਹ ਫਿਰ ਵਧੀਆ ਨਹੀਂ ਲੱਗਦਾ ਉਹ ਹਨਾ ਔਰ ਵਿਆਹਾਂ ਵਿੱਚ ਤਾਂ ਖਾਸ ਨਹੀਂ ਵਧੀਆ ਲੱਗਦਾ ਵਿਆਹਾਂ ਵਿੱਚ ਖੁਸ਼ੀ ਦਾ ਮੌਕਾ ਹੁੰਦਾ ਹੈ ਇਹੋ ਜਿਹੇ ਰਿਸ਼ਤੇਦਾਰ ਆ ਜਾਣ ਜਿਹੜੇ ਬਸ ਪਰੇ ਹੋ ਮੈਂ ਨਹੀਂ ਮਤਲਬ ਕੀ ਹੈ ਮੈਨੂੰ ਨਾ ਕੁਛ ਆਖੀ ਜਾਂ ਇਹਨਾਂ ਕੁਛ ਆਖੀ ਉਹ ਚੀਜ਼ਾਂ ਫਿਰ ਜਿਹੜਾ ਹੈ ਮਾਹੌਲ ਹੈ ਜਿਹੜਾ ਉਹ ਉਹ ਵਿਆਹਾਂ ਨਹੀਂ ਲੱਗਦਾਗਾ ਹਨ ਫਿਰ ਉਹ ਐ ਲੱਗਦਾ ਜਿਵੇਂ ਆਪਾਂ ਕਿਸੇ ਬੁਢੇ ਦੇ ਮਕਾਨ ਤੇ ਆਏ ਹੋਈਏ ਹਨ ਐ ਲੱਗਦਾ ਨਾ ਪਰ ਐ ਨਹੀਂ ਹੁੰਦਾ ਐ ਨਹੀਂ ਚਾਹੀਦਾ ਹਨ ਇੱਥੇ ਤਾਂ ਵਿਆਹ ਵਾਲਾ ਮਾਹੌਲ ਸਿਰਜਣ ਵਾਸਤੇ ਖੁਸ਼ੀ ਹਾਸੇ ਨੂੰ ਜਿਹੜਾ ਸਿਰਜਣ ਵਾਸਤੇ ਹੀ ਇਹ ਸਿੱਠਣੀਆਂ ਜੜੀਆਂ ਹੈ ਉਹ ਬਣਾਈਆਂ ਗਈਆਂ ਹਨ ਅੱਗੇ ਦੇਖੋ ਆਪਾਂ ਦੂਜੀ ਸਿੱਠਣੀ ਵੱਲ ਚੱਲਦੇ ਹੁਣ ਇੱਥੇ ਅੱਛਾ ਇੱਕ ਚੀਜ਼ ਹੋਰ ਹੈ ਕਿ ਇਹ ਸਿੱਠਣੀਆਂ ਆਪਾਂ ਗਿੱਧੇ ਵਿੱਚ ਵੀ ਜਿਹੜੇ ਗਿੱਧੇ ਦੀਆਂ ਬੋਲੀਆਂ ਹੈ ਗਿੱਧੇ ਦੀਆਂ ਬੋਲੀਆਂ ਦਾ ਵੀ ਜਿਹੜਾ ਹੈ ਰੂਪ ਉਹ ਸਿੱਠਣੀਆਂ ਦਾ ਹੋ ਸਕਦਾ ਹੈ ਠੀਕ ਹੈ ਠੀਕ ਹੈ ਨਾ ਕਿ ਸਿੱਠਣੀਆਂ ਜਿਹੜੀਆਂ ਹੈ ਉਹ ਆਪਾਂ ਗਿੱਧੇ ਦੀਆਂ ਬੋਲੀਆਂ ਵਿੱਚ ਵੀ ਪਾ ਸਕਦੇ ਹਾਂ ਕਈ ਇਸ ਤਰ੍ਹਾਂ ਦੀਆਂ ਹੁੰਦੀਆਂ ਯਾਨੀ ਇੱਕ ਦੂਜੇ ਨੂੰ ਛੇੜਨਾ ਨਾਨਕੇ ਦਾਦਕੇ ਉੱਥੇ ਵੀ ਜਿੱਦਦੇ ਹੈ ਹਨ ਤੇ ਉਹ ਉਹ ਚੀਜ਼ ਹੈ ਹੁਣ ਇੱਥੇ ਆ ਚੀਜ਼ ਆਪਾਂ ਇਹ ਬੋਲੀ ਦੇ ਰੂਪ ਚ ਹੈ ਠੀਕ ਹੈ ਹੁਣ ਆਪਣੇ ਗਿੱਧੇ ਚ ਆਮ ਬੋਲੀ ਪੈਂਦੀ ਹੈ ਇਹ ਇੱਕ ਪਾਸੇ ਮਤਲਬ ਜਦੋਂ ਆਪਣੇ ਵਿਆਹ ਤੋਂ ਪਹਿਲਾਂ ਜਾਂ ਬਾਅਦ ਚ ਕਈ ਜਾਗੂ ਕੱਢਦੇ ਹੈ ਹਨ ਤੇ ਉਦੋਂ ਫਿਰ ਇਹ ਨਾਨਕੇ ਦਾਦਕੇ ਰੜ ਕੇ ਤੇ ਫਿਰ ਉਹ ਇਸ ਤਰ੍ਹਾਂ ਕਰਦੇ ਹੈ ਕਿ ਕੱਲ ਦਾ ਆਇਆ ਮੇਲ ਨਾਨਕਾ ਸ਼ੱਕ ਗਈਆਂ 9 ਮਣ ਸ਼ੋਲੇ ਹੁਣ ਸ਼ੱਕ ਗਈਆਂ ਇੱਥੇ ਸ਼ੱਕ ਗਈਆਂ ਸਿੱਧਾ ਲਿਖਿਆ ਹੋਇਆ ਹੈ ਹਨਾ 9 ਮਣ ਸ਼ੋਲੇ 9 ਮਣ ਸ਼ੋਲੇ ਬਹੁਤ ਹੁੰਦੇ ਆ ਹਨਾ 1 ਮਣ ਕਿੰਨੇ ਦਾ ਹੁੰਦਾ ਹੈਗਾ 40 ਕਿਲੋ ਦਾ ਆਪਾਂ ਕਹਿੰਦੇ ਆ ਨਾ ਤੇ ਤੁਸੀਂ ਲਾ ਲਓ ਵੀ 9 ਮਣ ਕਿੰਨੇ ਹੋਗੇ ਹਨਾ ਤੇ ਸ਼ੋਲੇ ਤੁਹਾਨੂੰ ਪਤਾ ਹੀ ਹੈ ਆਪਣੇ ਆਮ ਦੂਜਾ ਹੈਗੇ ਜਿਹੜੇ ਬਰਾਨੀ ਚ ਤੇ ਹੋਰ ਕਿਤੇ ਆਪਣੇ ਬੀਜ ਦੇ ਆ ਜਿਹੜੇ ਠੀਕ ਹੈ ਮਤਲਬ ਕਿ ਪੁਰਾਣੇ ਜ਼ਮਾਨੇ ਚ ਤਾਂ ਬਹੁਤ ਹੁੰਦੇ ਸੀ ਕਿ ਪਸ਼ੂਆਂ ਨੂੰ ਪਾਏ ਜਾਂਦੇ ਸਨ ਹਨਾ ਇਹ ਦੂਜਾ ਕਿੰਨੇ ਦੇ ਬਹੁਤ ਹੀ ਤਾਕਤਵਰ ਸੀ ਪਸ਼ੂਆਂ ਲਈ ਤੇ ਆਪ ਖਾਂਦੇ ਆਪਣੇ ਬੱਕਲੀਆਂ ਬਣਾ ਕੇ ਖਾਂਦੇ ਹੋਰ ਕਈ ਤਰ੍ਹਾਂ ਨਾਲ ਠੀਕ ਹੈ ਅਵੇਸਣ ਤੇ ਸਾਰਾ ਕੁਝ ਜਿਹੜਾ ਵਿਆਹ ਵਿੱਚ ਪਕਵਾਨ ਹੁੰਦੇ ਹੈ ਉਹ ਲਗਭਗ 70 80% ਪਕਵਾਨ ਹੈ ਜਿਹੜੇ ਬਣਦੇ ਆ ਆਪਣੇ ਉਹ ਸਾਰੇ ਛੋਲਿਆਂ ਤੋਂ ਹੀ ਬਣਦੇ ਆ ਗਾਂ ਵੇਸਣ ਤੋਂ ਹੀ ਹਨਾ ਤੇ ਇੱਥੇ ਕੀ ਆ ਕਿ ਕੱਲ ਦਾ ਆਇਆ ਮੇਲ ਨਾਨਕਾ ਹੁਣ ਨਾਨਕਾ ਮੇਲ ਹੈ ਹਨਾ ਮੇਲੀ ਬਣ ਕੇ ਆਇਆ ਪੂਰੇ ਮੇਲ ਗੇਲ ਹਨ ਤੇ ਉਹ ਕੌਣ ਕਹਿੰਦੀਆਂ ਇਹ ਇਹ ਦਾਦਕੀਆਂ ਕਹਿੰਦੀਆਂ ਨਾਨਕਿਆਂ ਨੂੰ ਹੁਣ ਆਪਣੇ ਗਿੱਧੇ ਦੇ ਬੋਲੀ ਵਿੱਚ ਕੀ ਹੋਇਆ ਕਿ ਕੱਲ ਦਾ ਆਇਆ ਮੇਲ ਨਾਨਕਾ ਛੱਕ ਗੀਆਂ ਨੌ ਮਣ ਛੋਲੇ ਕੱਲ ਦਾ ਆਇਆ ਮੇਲ ਨਾਨਕਾ ਛੱਕ ਗੀਆਂ ਨੌ ਮਣ ਛੋਲੇ ਇਨ੍ਹਾਂ ਨਾਨਕੀਆਂ ਦੀ ਰੜੇ ਟਟੀਰੀ ਬੋਲੇ ਐ ਕਰਕੇ ਪਾਉਂਦੀਆਂ ਬੋਲੀ ਹਨ ਉਹ ਕੀ ਹੈ ਕਿ ਇੱਥੇ ਵੀ ਉਹੀ ਬਸ ਛੇੜਿਆ ਹੈ ਇੱਕ ਦੂਜੇ ਨੂੰ ਕਿ ਇਹਨਾਂ ਨਾਨਕ ਹੁਣ ਟਟਿਰੀ ਕੀ ਹੈ ਟਟਿਰੀ ਇੱਕ ਪੰਛੀ ਹੈਗਾ ਜਿਹੜਾ ਆਮ ਆਪਣੇ ਪਾਣੀ ਦੇ ਕਿਨਾਰੇ ਰਹਿੰਦਾ ਹੈਗਾ ਹਨ ਤੇ ਉੱਥੇ ਉਹ ਕੀ ਕਹਿੰਦੇ ਰੜਾ ਰੜਾ ਥਾਂ ਹੁੰਦਾ ਜਿੱਥੇ ਕੁਝ ਵੀ ਨਾ ਹੋਵੇ ਘਾਹकू ਬਿਲਕੁਲ ਮਤਲਬ ਨਿੱਕੇ ਨਿੱਕੇ ਰੋੜ ਹੋਣ ਤੇ ਰੜਾ ਹੋਵੇ ਸਾਫ਼ ਹੋਵੇ ਥਾਂ ਬਿਲਕੁਲ ਹਨਾ ਕੋਈ ਵੀ ਘਾਹ ਨਾ ਹੋਵੇ ਤੇ ਉਸੇ ਤਰ੍ਹਾਂ ਰੜੇ ਟਟਿਰੀ ਬੋਲੇ ਹੁਣ ਇੱਥੇ ਦੇਖੋ ਕਿੰਨਾ ਛੇੜਿਆ ਹੈ ਉਹਨਾਂ ਨੇ ਕਿ ਕੱਲ ਦਾ ਆਇਆ ਮੇਲ ਨਾਨਕਾ ਮੇਲ ਕੱਲ ਦਾ ਮੇਲ ਨਾਨਕਾ ਆਇਆ ਤੇ ਉਹ ਮਤਲਬ ਕੀ ਹੈਗਾ ਜਿਹੜੇ ਸਾਡੇ ਮਤਲਬ ਕੀ ਹੈਗਾ ਖਾਦ ਖੁਰਾਕ ਸੀ ਨਾ ਪੂਰੀ ਖਾ ਲਈ ਉਹਨਾਂ ਨੇ ਆਪ ਦੀ ਛਕ ਗਿਆ ਨਾ ਛਕ ਦਾ ਮਤਲਬ ਹੁੰਦਾ ਖਾ ਲਿਆ ਛਕ ਦਾ ਮਤਲਬ ਆਪਾਂ ਕਹਿੰਦੇ ਨਾ ਕਿ ਪ੍ਰਸ਼ਾਦ ਦਾ ਛਕ ਲਿਆ ਠੀਕ ਹੈ ਛਕਣ ਦਾ ਮਤਲਬ ਹੁੰਦਾ ਇੱਥੇ ਖਾ ਲਿਆ ਕੋਈ ਚੀਜ਼ ਤੇ ਉਹਾਂ ਦੇ ਵੀ ਛਕ ਗਿਆ ਨਾ ਮਣ ਸ਼ੋਲੇ ਹੁਣ ਐਨੇ ਮਤਲਬ 9 ਮਣ ਛੋਲੇ ਛੱਕ ਗਈਆਂ ਤੇ ਇਹਨਾਂ ਨਾਨਕੀਆਂ ਦੀ ਰੜੇ ਟਟਿਰੀ ਬੋਲੇ ਹੁਣ ਰੜੇ ਵਿੱਚ ਜਾ ਕੇ ਟਟਿਰੀ ਬੋਲਦੀ ਐ ਇੱਥੇ ਅੱਛਾ ਫੇਰ ਹੈਗਾ ਇਹਨਾਂ ਨਾਨਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ ਹੁਣ ਇੱਥੇ ਛੇੜਿਆ ਹੈ ਦੇਖੋ ਨਾ ਤਾਂ ਮੂੰਹ ਚੌੜੇ ਐ ਤੇ ਨਾ ਹੀ ਢਿੱਡ ਪੋਲੇ ਐ ਠੀਕ ਐ ਅੱਛਾ ਹੁਣ ਕੇ ਵੀ ਤਾਂ ਕਿਸੇ ਨੂੰ ਇਹ ਜਿਆਦਾ ਨਹੀਂ ਲੱਗਦਾਗਾ ਇਹ ਇਹ ਜਿਆਦਾ ਨਹੀਂ ਲੱਗਦਾ ਕਿਉਂਕਿ ਇਹ ਆਮ ਜੀ ਮਤਲਬ ਗੱਲ ਹੁੰਦੀ ਹੈ ਇਹ ਕੋਈ ਜਿਆਦਾ ਕੁਝ ਨਹੀਂ ਹੁੰਦਾਗਾ ਜਿਹੜੇ ਆਪਣੇ ਕਹਿੰਦੇ ਐ ਪਰ ਇੱਥੇ ਹੁਣ ਕੀ ਹੈ ਇਨ੍ਹਾਂ ਨਾਨਕੀਆਂ ਦੇ ਮੂੰਹ ਚੌੜੇ ਠੀਕ ਹੈ ਇੱਥੇ ਚੌੜੇ ਲਿਖਿਆ ਗਿਆ ਬੇਟਾ ਚੌੜੇ ਹੈ ਹਨਾ ਮੂੰਹ ਚੌੜੇ ਇਸ ਤਰ੍ਹਾਂ ਕਰਕੇ ਠੀਕ ਹੈ ਮੂੰਹ ਚੌੜੇ ਕਨੌੜੇ ਤੇ ਲਾ ਠੀਕ ਹੈ ਚੱਚੇ ਨੂੰ ਕਨੌੜਾ ਤੇ ਢਾੜੇ ਨੂੰ ਲਾ ਹਨਾ ਚੌੜੇ ਇੱਥੇ ਚੌੜੇ ਲਿਖਿਆ ਗਿਆ ਠੀਕ ਹੈ ਇੱਥੇ ਇਹ ਐਂ ਕਰਕੇ ਮੂੰਹ ਚੌੜੇ ਢਿੱਡ ਪੋਲੇ ਠੀਕ ਹੈ ਤੇ ਮੂੰਹ ਚੌੜੇ ਢਿੱਡ ਪੋਲੇ ਇੱਥੇ ਇਹਦਾ ਮਤਲਬ ਆਏ ਵੀ ਹੈ ਵੀ ਇਹ ਮਤਲਬ ਕੀ ਹੈਗਾ ਜਿਹੜਾ ਨਾ ਹੁਣ ਜਿਹੜਾ ਸਖਤ ਮਿਹਨਤ ਕਰਦਾ ਹੈ ਸਖਤ ਮਿਹਨਤ ਕਰਦਾ ਜਿਹੜਾ ਬੰਦਾ ਤੇ ਉਹ ਤਾਂ ਮਤਲਬ ਸਰੀਰ ਪੂਰਾ ਸੰਭਾਲ ਕੇ ਰੱਖਦਾ ਉਹਦਾ ਤਾਂ ਇਹ ਮਤਲਬ ਫਿੱਟ ਹੁੰਦਾ ਹੈ ਸਰੀਰ ਜਿਵੇਂ ਹਨ ਤੇ ਇੱਥੇ ਉਹ ਆਉਂਦੇ ਆ ਵੀ ਕੰਮ ਕੁਮ ਕੁਛ ਨਹੀਂ ਕਰਦੇਗਾ ਤਾਂ ਖਾਣ ਹੀ ਆਈਆਂ ਹੈਨਾ ਇੱਥੇ ਨਾਨਕਿਆ ਨੂੰ ਛੇੜਦਾ ਜਾਂਦਾ ਨਾ ਕਿ ਭਾਈ ਇਹ ਤਾਂ ਖਾਣ ਹੀ ਆਈਆਂ ਤੇ ਇਹ ਮਤਲਬ ਖਾ ਖਾ ਕੇ ਢਿੱਡ ਵੀ ਪੋਲੇ ਹੋ ਗਏ ਚਰਬੀ ਚੜ ਗਈ ਇਹਨਾਂ ਤੇ ਤਾਂ ਹਨਾ ਤੇ ਇਹਨਾਂ ਨਾਨਕੀਆਂ ਦੇ ਮੂੰਹ ਚੌੜੇ ਟਿੱਡਪੋਲੇ ਨੱਚਣਾ ਨਾ ਆਵੇ ਬੰਨ ਕੇ ਆਈਆਂ ਟੋਲੇ ਹੁਣ ਟੋਲੇ ਇਕੱਠੀ-ਕੱਠੀ ਮਤਲਬ ਕਿ 8-8 10-10 ਜਾਣੀਆਂ 15-15 ਜਾਣੀਆਂ ਆ ਤਾਂ ਗਈਆਂ ਤੇ ਨੱਚਣਾ ਇਹਨਾਂ ਨੂੰ ਆਉਂਦਾ ਨਹੀਂ ਹੈਨਾ ਨੱਚਣਾ ਨਾ ਆਵੇ ਬੰਨ ਕੇ ਆਈਆਂ ਟੋਲੇ ਬੰਨ ਕੇ ਦਾ ਮਤਲਬ ਬਣਾ ਕੇ ਆਈਆਂ ਟੋਲੇ ਵੀ ਅਸੀਂ ਤਾਂ ਪਤਾ ਨਹੀਂ ਕੀ ਕਰਦੇ ਆਂਗੇ ਜਾ ਕੇ ਉੱਥੇ ਹੈਨਾ ਇੰਨਾ ਨੱਚਾਂਗੀਆਂ ਪਰ ਉੱਥੇ ਉਹ ਕੀ ਕਹਿੰਦੇ ਛੇੜਦੇ ਐ ਇਹ ਹੈਨਾ ਵੀ ਨਾਨਕੇ ਨੱਚਦੇ ਤਾਂ ਬਹੁਤ ਐ ਠੀਕ ਐ ਪਰ ਉੱਥੇ ਜਾੜ ਕੇ ਉਹਨਾਂ ਨੂੰ ਛੇੜਿਆ ਜਾਂਦਾ ਇਹ ਗੱਲ ਮਤਲਬ ਕੀਤੀ ਜਾਂਦੀ ਹੈ ਤੇ ਇਹ ਪੂਰੀ ਬੋਲੀ ਹੈ ਜਿਹੜੀ ਪੈਂਦੀ ਕਿ ਕੱਲ ਦਾ ਆਇਆ ਮੇਲ ਨਾਨਕਾ ਸ਼ਕ ਜੀਆਂ ਨੌ ਮਣ ਛੋਲੇ ਇਹਨਾਂ ਨਾਨਕੀਆਂ ਦੀ ਰੜੇ ਟਟਿਰੀ ਬੋਲੀ ਜਾਂ ਕਈ ਆਖ ਦਿੰਦੇ ਆ ਰੜੇ ਪੰਭੀਰੀ ਬੋਲੇ ਪੰਭੀਰੀ ਘੁੰਮਣ ਵਾਲੀ ਇੱਕ ਆਪਣੇ ਲਾਟੂ ਟਾਈਪ ਹੁੰਦੀ ਆ ਉਹ ਹੈ ਤੇ ਜਾਂ ਆਪਣੇ ਜਿਹੜੀ ਇੱਕ ਤਿਤਲੀ ਹੈ ਉਹਨੂੰ ਵੀ ਕਹਿ ਦਿੰਦੇ ਆ ਹਨਾ ਪੰਭੀਰੀ ਤੇ ਇਹਨਾਂ ਨਾਨਕੀਆਂ ਦੇ ਮੂੰਹ ਚੌੜੇ ਢੱਡ ਪੋਲੇ ਤੇ ਨੱਚਣਾ ਨਾ ਆਵੇ ਬੰਨ ਕੇ ਆਈਆਂ ਟੋਲੇ ਕੀ ਇਹਨਾਂ ਨੂੰ ਨੱਚਣਾ ਨੁੱਚਣਾ ਨਹੀਂ ਆਉਂਦਾਗਾ ਉਹ ਤਾਂ ਟੋਲੇ ਬਣ ਕੇ ਆ ਗਈਆਂ ਕੀਰਾ ਤਾਂ ਇਹ ਲੱਗਦਾ ਵੀ ਪਤਾ ਨਹੀਂ ਕੀ ਕਰ ਦੇਣੀਆਂ ਪੜਥੂ ਪਾ ਦੇਣੀਆਂ ਹਨਾ ਪਰ ਇਹਨਾਂ ਤੋਂ ਹੋ ਕੁਝ ਨਹੀਂ ਰਿਹਾਗਾ ਠੀਕ ਹੈ ਕਿਉਂਕਿ ਇਹਨਾਂ ਦੇ ਢਿੱਡ ਮਤਲਬ ਥਲ ਥਲ ਕਰਦੇ ਇੱਕ ਤਰ੍ਹਾਂ ਪੋਲੇ ਐ ਠੀਕ ਹੈ ਚਰਬੀ ਚੜੀ ਵੀ ਐ ਸਾਹ ਚੜ ਜਾਂਦਾ ਨੱਚਣਾ ਆਉਂਦਾ ਨਹੀਂਗਾ ਇਹ ਸਭ ਮਤਲਬ ਇੱਕ ਤਰ੍ਹਾਂ ਦਾ ਇਸ ਇੱਕ ਤਰ੍ਹਾਂ ਦੀ ਜਿਹੜੀ ਬੋਲੀ ਐ ਇਹ ਸਿੱਠਣੀ ਦੇ ਰੂਪ ਵਿੱਚ ਐ ਯਾਨੀ ਆਮ ਬੋਲੀਆਂ ਵੀ ਪੈਂਦੀਆਂ ਗਿੱਧੇ ਵਿੱਚ ਵੀਰਾਂ ਦੀਆਂ ਬੋਲੀਆਂ ਪੈਂਦੀਆਂ ਭੈਣਾਂ ਦੀਆਂ ਬੋਲੀਆਂ ਪੈਂਦੀਆਂ ਮਾਵਾਂ ਨੂੰ ਠੀਕ ਹੈ ਜਿਹੜੀਆਂ ਹੈ ਉਹ ਬੋਲੀਆਂ ਪੈਂਦੀਆਂ ਮਤਲਬ ਹਰ ਰਿਸ਼ਤੇ ਦੀਆਂ ਜਿਹੜੀਆਂ ਬੋਲੀਆਂ ਹੈ ਉਹ ਬੜੀਆਂ ਵੀਆਂ ਹੈ ਤੇ ਕਿੱਦੇ ਚ ਪਾਉਂਦੀਆਂ ਵੀ ਆ ਕੁੜੀਆਂ ਕੱਤਰੀਆਂ ਤੇ ਹੋਰ ਜਿਹੜੀਆਂ ਆਪਣੇ ਨਵੀਆਂ ਵਿਆਹੀਆਂ ਕੋਈ ਹੈ ਨਾ ਉਹ ਸਾਰੀਆਂ ਬੋਲੀਆਂ ਤਾਂ ਪਾਉਂਦੀਆਂ ਪਰ ਇੱਥੇ ਜਿਹੜੀ ਆ ਬੋਲੀ ਹੈ ਇਹ ਇੱਕ ਬੋਲੀ ਸੱਠਣੀ ਦੇ ਰੂਪ ਵਿੱਚ ਵੀ ਹੈ ਕਿਉਂਕਿ ਇੱਥੇ ਜਿਹੜੀਆਂ ਹੈ ਉਹ ਦਾਦਕੀਆਂ ਨਾਨਕੀਆਂ ਨੂੰ ਪਾ ਰਹੀਆਂ ਹੈ ਹਨਾ ਸੋ ਆਪਾਂ ਦੇਖਿਆ ਬੇਟਾ ਇਹ ਸਾਰੀ ਚੀਜ਼ ਜਿਹੜੀ ਆਪਾਂ ਇਹ ਸਿੱਠਣੀਆਂ ਦੋ ਸਿੱਠਣੀਆਂ ਆਪਾਂ ਦੇਖ ਲਈਆਂ ਇਹ ਠੀਕ ਹੈ ਇੱਥੇ ਆ ਕੇ ਹੁਣ ਕਿੱਧਰ ਗਈਆਂ ਵੇ ਠੀਕ ਹੈ ਇਹ ਸਰਲੇਖ ਰੱਖਿਆ ਗਿਆ ਉਹ ਬਾਰੀ-ਬਾਰ ਆਂਦੀਆਂ ਵੀ ਆ ਖਾਦਾ ਇਹਨਾਂ ਨੇ ਆ ਪੀਤਾ ਤੇ ਆ ਚੀਜ਼ ਜੰਮੀ ਤੇ ਆ ਇਹ ਹੋ ਗਿਆ ਮਤਲਬ ਇੱਕ ਠੱਠ ਤੇ ਪਰੇਸ਼ਾਨ ਕਰਕੇ ਜਾਣ ਕੇ ਮਨ ਘੜਤ ਗੱਲਾਂ ਬਣਾ ਬਣਾ ਕੇ ਉਹ ਹੈ ਨਹੀਂ ਮਨ ਘੜਤ ਗੱਲਾਂ ਬਣਾ ਕੇ ਤੇ ਹਾਸਾ ਤੇ ਠੱਠਾ ਜਿਹੜਾ ਹੈ ਮਖੌਲ ਹੈ ਉਹ ਕੀਤਾ ਜਾਂਦਾ ਹੈ ਹਨਾ ਤੇ ਇਹ ਆਪਾਂ ਆਮ ਹੀ ਹੁੰਦਾ ਹੈ ਦੇਖੋ ਕਈ ਵਾਰੀ ਆਪਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਮਜ਼ਾਕ ਹੈ ਜਿਹੜਾ ਹਾਸਾ ਠੱਠਾ ਹੈ ਉਹ ਸਾਰੇ ਰਿਸ਼ਤਿਆਂ ਨਾਲ ਹੋ ਜਾਂਦਾ ਹੈ ਆਪਾਂ ਆਪਣੇ ਪਿਓ ਨਾਲ ਵੀ ਮਜ਼ਾਕ ਕਰ ਸਕਦੇ ਹਾਂ ਪਿਓ ਆਪਣੇ ਨਾਲ ਵੀ ਕਰ ਸਕਦਾ ਹੈ ਮਾਂ ਨਾਲ ਵੀ ਕਰ ਸਕਦੇ ਹਾਂ ਭੈਣ ਨਾਲ ਵੀ ਕਰ ਸਕਦੇ ਹਾਂ ਮਜ਼ਾਕ ਹਾਸਾ ਠੱਠਾ ਪਰ ਉਹ ਇੱਕ ਤਰ੍ਹਾਂ ਦਾ ਹਰ ਰਿਸ਼ਤੇ ਦਾ ਜਿਹੜਾ ਹੈ ਇੱਕ ਮਰਿਆਦਾ ਹੁੰਦੀ ਹੈ ਉਸ ਮਰਿਆਦਾ ਨੂੰ ਉਲੰਘ ਕੇ ਜਿਹੜਾ ਹੈ ਮਜ਼ਾਕ ਨਹੀਂ ਕੀਤਾ ਜਾਂਦਾ ਠੀਕ ਹੈ ਸੋ ਇੱਥੇ ਹੈਗਾ ਜਿਹੜੇ ਮਤਲਬ ਦਿਉਰ ਪਰਜਾਈਆਂ ਵਾਲੇ ਮਜ਼ਾਕ ਐ ਤੇ ਜਿਹੜੇ ਜੀਜੇ ਸਾਲੇ ਵਾਲੇ ਐ ਮਜ਼ਾਕ ਉਹ ਥੋੜੇ ਜੇ ਸਖਤ ਹੁੰਦੇ ਐ ਮਜ਼ਾਕ ਥੋੜੇ ਜੇ ਜਿਹੜੇ ਹੈ ਉਹ ਆਮ ਜਿਹੜੇ ਹਾਸੇ ਠੱਠਿਆਂ ਨਾਲੋਂ ਥੋੜਾ ਜà ਅੱਗੇ ਵੱਧ ਜਾਂਦੇ ਐ ਹਨਾ ਉੱਥੇ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਐ ਉਹ ਮਜ਼ਾਕ ਕਰਨ ਦੀ ਸਮਾਜ ਵੱਲੋਂ ਤੇ ਹੋਰ ਜਿਹੜੇ ਰਿਸ਼ਤੇ ਨਾਤਿਆਂ ਵੱਲੋਂ ਖੁੱਲ੍ਹ ਹੁੰਦੀ ਐ ਉੱਥੇ ਉਹ ਮਜ਼ਾਕ ਜਿਹੜਾ ਹੈ ਜਾਂ ਹਾਸਾ ਠੱਠਾ ਕੁਝ ਹੋਰ ਤਰੀਕੇ ਨਾਲ ਸਿਰਜ ਲਿਆ ਜਾਂਦਾ ਹੈ ਜਿਹੜਾ ਸਿਠਣੀਆਂ ਰੂਪ ਵਿੱਚ ਹੈਗਾ ਹੈ ਹੈਨਾ ਸੋ ਆਪਾਂ ਇਹ ਦੇਖਿਆ ਤੇ ਮੈਨੂੰ ਉਮੀਦ ਹੈ ਬੇਟਾ ਤੁਹਾਨੂੰ ਵਧੀਆ ਲੱਗਿਆ ਹੋਣਾ ਚੰਗਾ ਲੱਗਿਆ ਹੋਣਾ ਠੀਕ ਹੈ ਤੇ ਅੱਗੇ ਆਪਾਂ ਆਉਣ ਵਾਲੇ ਜਿਹੜੇ ਹੈ ਅਗਲੇ ਭਾਗ ਚ ਆਪਾਂ ਹੋਰ ਜਿਹੜਾ ਹੈ ਸਿਠਣੀਆਂ ਦੇ ਰੂਪ ਹੈ ਜਿਹੜੇ ਉਹ ਆਪਾਂ ਦੇਖਾਂਗੇ ਕਿ ਹੋਰ ਕਿਸ ਕਿਸ ਤਰ੍ਹਾਂ ਦੀਆਂ ਸਿਠਣੀਆਂ ਹੁੰਦੀਆਂ ਹਨ ਤੇ ਸਾਰੇ ਪਿਆਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਛੇਤੀ ਹੀ ਮਿਲਦੇ ਆਪਾਂ ਅਗਲੀ ਵੀਡੀਓ ਚ ਤਦ ਤੱਕ ਲਈ ਸਾਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ